अमृतसर दे विच भाजपा दे राज्यसभा मेंबर श्वेत मलिक वल्लों नवें पासपोर्ट ऑफिस की शुरुआत की गई, जिस विच उन्हां ने बोलदे हुए अपनी सरकार दे सोहळे गाए अते भाजपा की हार पंजाब दे विच जो हुई है उस ते भी अपने विचार सांझे कीते। इसे दे नाल श्वेत मलिक ने खेती कानूनों के सोहळे भी गाए। उन्हां कहा कि जो खेतरी कानून केंद्र सरकार वल्लों पास किए गए ने किते ना किते किसानों के हक दे विच ने। उन्हां होर अगे की कहा आओ जानते हां। ਵਿੱਚ ਅਸੀਂ 2016 ਦੇ ਵਿੱਚ ਜਿਸ ਵੇਲੇ ਚੁਣਾਵ ਹੋਏ ਸੀਗੇ ਲੋਕਲ ਬਾਡੀਜ਼ ਦੇ, 2016 ਦੇ ਵਿੱਚ ਅਸੀਂ ਪਠਾਨਕੋਟ 'ਚ ਵੀ ਮੇਅਰ ਬਣਾਇਆ, ਅਸੀਂ ਹੁਸ਼ਿਆਰਪੁਰ 'ਚ ਵੀ ਮੇਅਰ ਬਣਾਇਆ, ਅਸੀਂ ਆਪਣਾ ਇਹ ਜਿਹੜਾ ਸੀਗਾ ਅਲੱਗ ਅਲੱਗ ਕਾਰਪੋਰੇਸ਼ਨਾਂ ਜਿੰਨੀਆਂ ਹੋਰ ਨੇ ਉਹਨਾਂ 'ਚ ਵੀ ਮੋਹਾਲੀ 'ਚ ਵੀ ਮੇਅਰ ਬਣਾਇਆ। ਸੋ ਅੱਜ 2016 ਦੇ ਵਿੱਚ ਸਾਡੀ ਆਪਣੀ ਸਰਕਾਰ ਸੀਗੀ ਕਿ ਅਸੀਂ ਝਾੜੂ ਫੇਰ ਜਿੱਤ ਪ੍ਰਾਪਤ ਨਹੀਂ ਸੀ ਕੀਤੀ, ਹਾਰ ਜਿੱਤ ਹਾਰ ਜਿੱਤ ਹਾਰ ਜਿੱਤ ਦੇਖੋ ਤਾਂ ਦੋ ਹਾਰ ਜਿੱਤ ਜਿਹੜੀ ਹੈ ਉਹ ਰਾਜਨੀਤੀ ਦਾ ਇੱਕ ਹਿੱਸਾ ਹੈ। ਕੱਲ੍ਹ ਅਸੀਂ ਝਾੜੂ ਕੱਲ੍ਹ ਮੇਰੀ ਬੇਨਤੀ ਸੁਣੋ ਮੈਨੂੰ ਪੂਰਾ ਕਰਨ ਦਿਓ, ਇੰਟਰਪਟ ਨਾ ਕਰੋ। ਕੱਲ੍ਹ ਅਸੀਂ ਝਾੜੂ ਫੇਰ ਜਿੱਤ ਜਿਹੜੀ ਹੈ ਗੁਜਰਾਤ ਦੇ ਵਿੱਚ ਪ੍ਰਾਪਤ ਕੀਤੀ ਹੈ, ਔਰ ਪੰਜਾਬ ਦੀਆਂ ਚੋਣਾਂ ਲੋਟੂ ਚੋਣਾਂ ਸੀਗੀਆਂ, ਪੰਜਾਬ ਦੇ ਵਿੱਚ ਧੱਕੇ ਦੀਆਂ ਚੋਣਾਂ ਸੀ, ਪੰਜਾਬ ਵਿੱਚ ਅਪਰਾਧੀਕਰਨ ਦੀਆਂ ਚੋਣਾਂ ਸੀ, ਪੰਜਾਬ ਵਿੱਚ ਜਿਹੜੀ ਡੈਮੋਕ੍ਰੇਸੀ ਸੀ ਉਹਦਾ ਕਤਲ ਹੋਇਆ, ਸਾਡੇ ਕੈਂਡੀਡੇਟਾਂ ਦੇ ਕਾਗਜ਼ ਰੱਦ ਕਰਾਤੇ ਗਏ, ਸਾਡੇ ਕੈਂਡੀਡੇਟਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਔਰ ਟੋਟਲ ਬੂਥ ਕੈਪਚਰਿੰਗ ਜਿਹੜੀ ਹੈ ਉਹ ਉਸ ਦਿਨ ਹੋਈ ਹੈ ਜਿਹੜੇ ਧੱਕੇ ਦੇ ਮੁਤਾਬਕ ਇਹ ਰਿਜ਼ਲਟ ਨਹੀਂ ਹੈਗੇ। ਰਿਜ਼ਲਟ 2022 'ਚ ਆਉਣਗੇ ਕਿ ਜਿਸ ਵੇਲੇ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਔਰ ਤੁਸੀਂ ਲੋਕ ਸਭਾ ਚੋਣਾਂ ਵੀ ਦੇਖ ਲਓ, ਸਾਡਾ ਸਟ੍ਰਾਈਕ ਰੇਟ ਲੋਕ ਸਭਾ ਚੋਣਾਂ 'ਚ ਕਿੰਨੀ ਦੇਰ ਹੋਈ ਹੈ ਲੋਕ ਸਭਾ ਚੋਣਾਂ ਨੂੰ, ਸਭ ਤੋਂ ਵੱਧ ਸੀਗਾ 68%। 3 ਲੋਕ ਸਭਾ ਹਲਕੇ ਸੀ ਲੜੇ, ਔਰ 2 ਲੋਕ ਸਭਾ ਹਲਕੇ 'ਚ ਅਸੀਂ ਜਿੱਤ ਪ੍ਰਾਪਤ ਕੀਤੀ ਸੀਗੀ, ਔਰ 23 ਵਿਧਾਨ ਸਭਾ 'ਚੋਂ 15 ਵਿਧਾਨ ਸਭਾ 'ਚ ਜਿੱਤ ਪ੍ਰਾਪਤ ਕੀਤੀ ਸੀ। ਸੋ ਇਹ ਇਲੈਕਸ਼ਨ ਨਹੀਂ ਹੈ, ਇਹ ਸਰਕਾਰ ਦੀ ਗੁੰਡਾ ਤੰਤਰ ਦੀ ਜਿੱਤ ਹੈ। ਨਹੀਂ, ਮੇਰਾ ਇਹਦਾ ਮਤਲਬ ਹੈ ਜੀ, ਇਹ ਡੈਮੋਕ੍ਰੇਸੀ ਹੈਗੀ ਹੈ, ਲੋਕਾਂ ਨੇ ਵੋਟ ਪਾਈ ਹੈਗੀ ਹੈ, ਇਹ ਕਿਸੇ ਮੁੱਦੇ ਕਰਕੇ ਵੋਟ ਨਹੀਂ ਪਾਈ। ਇਹ ਧੱਕਾ ਮੈਂ ਸਮਝਣਾ ਕਿ ਇਹ ਧੱਕਾ ਹੋਇਆ ਕਾਂਗਰਸ ਦੀ ਸਰਕਾਰ ਦਾ ਹਰ ਜਗ੍ਹਾ। ਤੁਸੀਂ ਲੋਕਾਂ ਨੇ, ਤੁਸੀਂ ਗਵਾਓ, ਤੁਸੀਂ ਵੀਡੀਓ ਪਾਏ, ਤੁਸੀਂ ਪਿਕਚਰਾਈਜ਼ ਕੀਤਾ ਕਿ ਕਿਸ ਤਰ੍ਹਾਂ ਜਿਹੜਾ ਹੈ ਗੁੰਡਾਗਰਦੀ ਹੋਈ ਹੈ, ਕਿਸ ਤਰ੍ਹਾਂ ਸਾਡੇ ਕਾਗਜ਼ ਫਾੜ ਦਿੱਤੇ ਗਏ, ਕਿਸ ਤਰ੍ਹਾਂ ਸਾਡੇ ਕਾਗਜ਼ ਦਾਖਲ ਨਹੀਂ ਹੋਣ ਦਿੱਤੇ ਗਏ, ਇਹਦਾ ਪ੍ਰਮਾਣ ਸਭ ਤੋਂ ਵੱਡਾ ਪੰਜਾਬ ਦੀ ਪ੍ਰੈਸ ਹੈ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਦ ਟੀਵੀ NRI ਦੇ ਲਈ ਰਿਪੋਰਟ।